Welcome to the new series of Stitching Show. Welcome to another episode of Sewing Show. Like you remember, see last show de vich sari cutting jo sigi shirt di and pajami di oh finish kiti sigi and is show de vich assi hun jehdi a stitching shuru karan ja rahe ha. So pehla I think assi shirt jehdi a oh stitch karange. So pehan ji tusi dassunge sade viewers nu ke kidda assi pehla what's the first step. First step it hunda ki tusi apna jadon कटाई कर ली फिर उस तो बाद तुसी अपना धागा वगैरह मैच करके फिर तुसी अपनी मशीन अपनी रेडी कर लो है ना दैट्स इंपॉर्टेंट या बिफोर यू एक्चुअली स्टार्ट मेक श्योर यू गॉट द थ्रेड मैचिंग थ्रेड व्हिच यू नीड जी एंड आई थिंक थ्रेड इज ज्यादा इंपॉर्टेंट होता है जी थ्रेड ज्यादा इंपॉर्टेंट है हां जी ते उस तो बाद तुसी फिर ये देखना कि तुसी सब तो पहला स्टेप दे विच की करना हां सब तो पहला तुसी की करना है कि इदा जेड़ा गला है ना ओना दा ओदा अगला पासा ते शर्ट दा पिछला पासा दोनों गले आपस विच ही तुसी उना नु रख लेना इनसाइड आउट करके तुसी है ना ठीक है जी आ थोड़ी बोथ साइड इनसाइड आउट एंड मैच द शोल्डर्स जी शोल्डर्स टुगेदर जी इस तरीके दे नाल राइट एक साइड हो गई फिर दूसरी साइड भी जिस हिसाब ਨਾਲ ਆਪਾਂ ਜੋੜਦੇ ਹਾਂ ਜਿੱਦਾਂ ਅਸੀਂ ਇੱਕ ਸਾਈਡ ਨੂੰ ਜੋੜਿਆ ਨਾ ਹਾਂਜੀ ਉਸੇ ਤਰੀਕੇ ਦੇ ਨਾਲ ਅਸੀਂ ਫਿਰ ਦੂਸਰੀ ਸਾਈਡ ਉਹਨੂੰ ਵੀ ਜੋੜ ਦੇਣਾ ਠੀਕ ਹੈ ਇਹਨਾਂ ਦੋਨੋਂ ਇਕੱਠੇ ਸੀ ਇਹਨਾਂ ਨੂੰ ਇਕੱਲੇ ਇਕੱਲੇ ਕਰ ਲਿਆ ਠੀਕ ਹੈ ਜੀ बनाई सी ना टेप गले ते इनसाइड लगाण वास्ते है ना फिर आपां पहला अपने कोल एक जिहड़ी इनफ नहीं हैगी अपने कोल इन्ना क कपड़ा सीगा ते ए इनफ नहीं हैगी इस करके आपां इदां दीआं दो नूं आपस विच हां जी जोड़ लेना यू जस्ट शो देम अगेन हाउ टू पुट देम टुगेदर देखो अपने कोल दो पीस है ना इदां दो पीस इन्हां नूं असीं इदां करके जोड़ के इदां ते असीं इक सिद्धी बना लेनी है हां जी ठीक है जी सीधा कपड़ा कर लेना जिदा है गला सीधा करके फिर अपन मशीन दे नीचे रख के फिर आ जेड़ा आ एक साइड से लिया के इन्हों इधर डबल कर लेना एक सिरे तो शुरू कर लेना ठीक है जी एक सिरे तो शुरू करके
ਗਲੇ 'ਤੇ ਮੋਢੇ ਤੋਂ ਲਾਉਣਾ ਅਸੀਂ ਸ਼ੁਰੂ ਕਰ ਦੇਣਾ, ਠੀਕ ਹੈ ਜੀ, ਮੋਢੇ ਤੋਂ ਜਿੰਨੀ ਕੁ ਆਪਾਂ ਵਿੱਚ ਅੱਗੇ ਸ਼ੁਰੂ ਕੀਤਾ ਨਾ ਮੋਢੇ ਦੀ ਸਿਲਾਈ, ਓਨਾ ਕੁ ਅਸੀਂ ਗੈਪ ਰੱਖ ਕੇ ਚੱਲ ਪੈਣਾ। ਇਸ ਤਰੀਕੇ ਦੇ ਨਾਲ, ਠੀਕ ਹੈ, ਥੋੜ੍ਹਾ ਜਿਹਾ ਹੋਰ ਕਰਕੇ ਫਿਰ ਆਪਾਂ ਦਿਖਾਉਣੇ ਆ। ਇੱਥੇ ਆ ਕੇ ਰੁਪਿੰਦਰ ਫਿਰ ਐਂਡ ਤੇ ਆ ਗਏ ਨਾ, ਆਪਾਂ ਇੱਥੋਂ ਸ਼ੁਰੂ ਕੀਤਾ ਸੀਗਾ ਜੋੜਨਾ। ਹਾਂਜੀ, ਇੱਥੇ ਜਦੋਂ ਆਪਾਂ ਆ ਜਾਣਾ ਆ ਤੇ ਫਿਰ ਅਸੀਂ ਕੀ ਕਰਨਾ, ਜਿਹੜਾ ਪਹਿਲਾਂ ਕੱਪੜਾ ਲਗਾਇਆ ਆ ਇੱਕ ਸਾਈਡ ਤੋਂ, ਹੈ ਨਾ, ਤੇ ਉਹਨੂੰ ਆਪਾਂ ਥੋੜ੍ਹਾ ਜਿਹਾ ਇੱਦਾਂ ਫੋਲਡ ਕਰ ਲੈਣਾ। ਇਹਨੂੰ ਕਿਉਂ ਕਰਨਾ, ਕਿਉਂਕਿ ਇੱਧਰਲਾ ਦੂਸਰੇ ਪਾਸੇ ਜਿਹੜਾ ਕੱਪੜਾ ਆਉਣਾ ਹੈ ਨਾ, ਇਹਨੂੰ ਇਹਦੇ ਨਾਲ ਆਪਾਂ ਜੋੜਨਾ। ਓਕੇ, ਠੀਕ ਹੈ, ਇਸ ਤਰੀਕੇ ਦੇ ਨਾਲ ਕਰਕੇ ਫਿਰ ਦਿਖਾ ਦਿਓ। ਇੱਦਾਂ ਸੀ ਨਾ ਆਪਾਂ ਫੋਲਡ ਕੀਤਾ, ਹੁਣ ਇਹਨੂੰ ਵੀ ਇਹਦੇ ਬਰਾਬਰ ਇੱਥੋਂ ਕੱਟ ਕੇ ਫਿਰ ਆਪਾਂ ਇੱਥੇ ਸਿਲਾਈ ਇੱਦਾਂ ਕਰ ਲੈਣੀ। ਆਲ ਰਾਈਟ, ਓਕੇ, ਠੀਕ ਹੈ ਜੀ, ਟੂ ਬ੍ਰਿੰਗ ਦਮ ਟੁਗੇਦਰ ਐਂਡ ਦੈਨ ਜੁਆਇਨ ਦਮ। ਜੀ, ਆਦੇ ਆਪਣੇ ਕੋਲ ਆ ਗਏ ਦੋਨੇ ਕੱਪੜੇ ਇੱਦਾਂ, ਠੀਕ ਹੈ। ਹੁਣ ਇਹਨਾਂ ਨੂੰ ਆਪਾਂ ਇੱਥੇ ਸਿਲਾਈ ਵੀ ਕਰ ਸਕਦੇ ਹਾਂ, ਇਹਨੂੰ ਅਸੀਂ ਇਸ ਤਰੀਕੇ ਨਾਲ ਕਰਕੇ, ਕਿਉਂਕਿ ਆਪਾਂ ਇਹ ਜਿਹੜਾ ਸਾਰਾ ਕੱਪੜਾ ਨਾ ਇਹਨੂੰ ਆਪਾਂ ਅੰਦਰ ਨੂੰ ਫੋਲਡ ਕਰਨਾ, ਇਹ ਇੱਦਾਂ, ਠੀਕ ਹੈ, ਇੱਦਾਂ, ਤੇ ਇਹ ਤੇ ਤੁਸੀਂ ਇੱਥੇ ਵੀ ਸਿਲਾਈ ਕਰ ਸਕਦੇ ਹਾਂ। ਓਕੇ, ਠੀਕ ਹੈ ਜੀ, ਜਿਹੜਾ ਤੁਹਾਨੂੰ ਕੰਫਰਟੇਬਲ ਜਿਹੜੀ ਚੀਜ਼ ਲੱਗਦੀ ਤੁਸੀਂ ਉਹ ਕਰ ਸਕਦੇ ਹਾਂ, ਇਹ ਜ਼ਰੂਰੀ ਨਹੀਂ ਹੈ, ਕਿਉਂਕਿ ਇਹ ਜਿਹੜਾ ਕੱਪੜਾ ਇਹਨੇ ਅੰਦਰਲੇ ਪਾਸੇ ਰਹਿਣਾ ਹੁੰਦਾ ਅਤੇ ਇਹ ਬਾਹਰ ਦਿਸਣਾ ਨਹੀਂ ਹੁੰਦਾ, ਇਸ ਕਰਕੇ ਤੁਹਾਨੂੰ ਜਿੱਦਾਂ ਆਪਣੀ ਸਹੂਲੀਅਤ ਦੇ ਹਿਸਾਬ ਨਾਲ ਤੁਸੀਂ ਇਹਨੂੰ ਜੋੜ ਲਗਾ ਸਕਦੇ ਹਾਂ ਜੀ। ਦੇਖੋ ਰੁਪਿੰਦਰ, ਹੁਣ ਮੈਂ ਤੁਹਾਨੂੰ ਦਿਖਾਵਾਂ ਕਿ ਅਸੀਂ ਆਹ ਜਿਹੜੀ ਟੇਪ ਲਗਾਈ ਆ, ਹੈ ਨਾ, ਅਤੇ ਇਹਦੇ ਵਿੱਚ ਅਸੀਂ ਥੋੜ੍ਹਾ ਥੋੜ੍ਹਾ ਗੈਪ ਰੱਖ ਕੇ, ਜਿੱਦਾਂ ਕੱਪੜੇ ਦਾ ਸਿਰਫ ਅੱਧਾ ਇੰਚ ਦਾ ਜਿੱਦਾਂ ਆਪਾਂ ਦੱਸਿਆ ਸੀਗਾ, ਇੱਧਰੋਂ ਆਹ ਅੱਧਾ ਇੰਚ ਦਾ ਗੈਪ ਛੱਡ ਕੇ ਨਾ ਅਸੀਂ ਸਿਲਾਈ ਲਗਾ ਲਈ ਉੱਪਰ ਰੱਖ ਕੇ, ਹੈ ਨਾ, ਲੂਜ਼ ਰੱਖ ਕੇ ਲਗਾਈ ਇਹ, ਅਤੇ ਜ਼ਿਆਦਾ ਇਹਨੂੰ ਨਾ ਖਿੱਚਣ ਦੀ ਜ਼ਰੂਰਤ ਸੀਗੀ, ਨਾ ਇਹਨੂੰ ਤੁਸੀਂ ਟਾਈਟ ਕਰਨਾ ਨਾ ਲੂਜ਼ ਕਰਨਾ, ਹੈ ਨਾ, ਨੋਰਮਲ ਜਿਹਾ ਰੱਖ ਕੇ ਤੁਸੀਂ ਇਹਨੂੰ ਲਗਾ ਲਿਆ, ਹੈ ਨਾ, ਅਤੇ ਇਹ ਹੋ ਗਿਆ, ਅਤੇ ਇੱਥੇ ਆ ਕੇ ਐਂਡ 'ਤੇ ਆਪਾਂ ਜੋੜ ਲਗਾਇਆ ਸੀ, ਐਂਡ 'ਤੇ ਜੋੜ ਲਗਾ ਲੈਣਾ। ਹੁਣ ਅਸੀਂ ਕੀ ਕਰਨਾ ਕਿ ਜਿਹੜਾ ਅਸੀਂ ਇਹ ਸਿਲਾਈ ਕੀਤੀ ਹੈ ਨਾ ਉਹਦੇ ਵਿੱਚ ਜਿਹੜਾ ਵਿਚਲਾ ਪਾਸਾ ਹੁੰਦਾ, ਜਿੱਦਾਂ ਆਹ ਸਾਈਡ 'ਤੇ ਆਪਾਂ ਇੱਦਾਂ ਹੋ ਕੇ ਤਰਪਾਈ ਹੋਣੀ ਆ, ਠੀਕ ਹੈ ਨਾ, ਇਹਨੂੰ ਅਸੀਂ ਕੁਛ ਨਹੀਂ ਕਰਨਾ, ਜਿਹੜੀ ਅਸੀਂ ਚੀਜ਼ ਲਗਾਈ ਆ, ਹੈ ਨਾ, ਪਰ ਜਿਹੜੀ ਵਿਚਲੀ ਇਨਸਾਈਡ ਆ ਇਹਦੇ 'ਤੇ ਅਸੀਂ ਛੋਟੇ ਛੋਟੇ ਕੱਟ ਲਗਾਉਣੇ ਆ। ਓਕੇ, ਹਾਂਜੀ, ਅਤੇ ਇਹ ਕੱਟ ਕਿਉਂ ਲਗਾਈ ਦੇ ਆ, ਇਹ ਕੱਟ ਲਗਾਈ ਦੇ ਆ ਕਿ ਕੱਪੜਾ ਜਿਹੜਾ ਸਮੂਥਲੀ ਅੰਦਰ ਨੂੰ ਹੋ ਜਾਵੇ, ਕਿਉਂਕਿ ਜਦ ਤੁਸੀਂ ਦੇਖਦੇ ਕਿ ਜੇ ਅਸੀਂ ਕੱਟ ਨਹੀਂ ਲਗਾਵਾਂਗੇ ਨਾ ਆ ਇੱਥੋਂ ਖਿੱਚਿਆ ਖਿੱਚਿਆ ਰਹਿੰਦਾ, ਅਤੇ ਜਦੋਂ ਅਸੀਂ ਇਹਨੂੰ ਇੱਦਾਂ ਵਿੱਚ ਕਰਾਂਗੇ ਤਾਂ ਇਹਦੀ ਜਿਹੜੀ ਹੈਮਿੰਗ ਉਹ ਸਹੀ ਨਹੀਂ ਆਊਗੀ, ਹੈ ਨਾ, ਪਰ ਜਿੱਥੇ ਅਸੀਂ ਕੱਟ ਲਗਾਏ ਆ ਉਹ ਕੱਪੜਾ ਬੜੇ ਈਜ਼ੀਲੀ ਆਰਾਮ ਦੇ ਨਾਲ ਤੁਸੀਂ ਇਹਨੂੰ ਫੋਲਡ ਹੋ ਜੂਗਾ, ਦੇ ਨੀਟਲੀ ਐਂਡ ਕਲੀਨਲੀ ਹੋ ਜਾਂਦਾ ਫਿਰ, ਹੈ ਨਾ, ਅਤੇ ਇਸ ਕਰਕੇ ਅਸੀਂ ਸਾਰੇ ਜਿਹੜੀ ਇਨਸਾਈਡ ਹੈ ਨਾ ਸਾਰੇ ਦੇ ਉੱਤੇ, ਹਾਂਜੀ, ਲਗਾ ਲਵਾਂ ਜੀ। ਹਾਫ ਇੰਚ ਦਾ ਜਾਂ ਜਿੱਥੇ ਤੱਕ ਸਿਲਾਈ ਹੈ ਤੁਹਾਡੀ ਉੱਥੇ ਤੱਕ ਤੁਸੀਂ ਕੱਟ ਲਗਾ ਲੈਣੀ, ਆਪਣੀ ਤੁਹਾਡੀ ਜਿਹੜੀ ਸਿਲਾਈ ਉਹ ਨਾ ਕੱਟ ਕੱਟ ਹੋਵੇ, ਇਹ ਨਾ ਯਾਦ ਰੱਖਣਾ ਕਿ ਸਿਲਾਈ ਜਿਹੜੀ ਕੀਤੀ ਆ ਉਹਦੇ ਉੱਤੇ ਕੋਈ ਕਿਸ ਤਰ੍ਹਾਂ ਦੀ ਤੁਸੀਂ ਕੈਂਚੀ ਨਾ ਲੱਗ ਜਾਵੇ, ਫਿਰ ਨਹੀਂ ਤਾਂ ਤੁਹਾਡੀ ਉਹ ਬਾਹਰਲੇ ਪਾਸੇ ਦਿਖਾਈ ਦੇਊਗਾ, ਹੈ ਨਾ, ਇਸ ਕਰਕੇ। ਅਤੇ ਹੁਣ ਅਸੀਂ ਕੀ ਕਰਨਾ ਕਿ ਇਹ ਜਿਹੜੇ ਆਪਾਂ ਲਗਾਇਆ ਸੀ ਨਾ ਇਹਨੂੰ ਫਿਰ ਇੱਦਾਂ ਸਿੱਧਾ ਕਰ ਲੈਣਾ, ਆਪਾਂ ਇੱਧਰ ਸਿਲਾਈ ਕੀਤੀ ਸੀ ਨਾ ਇੱਦਾਂ, ਹੁਣ ਇਹਨੂੰ ਇੱਦਾਂ ਕਰ ਲੈਣਾ ਇਸ ਤਰੀਕੇ ਨਾਲ ਕਰਕੇ, ਫਿਰ ਆਪਾਂ ਇੱਕ ਇੱਕ ਸਿਲਾਈ ਜਿਹੜੀ ਹੈ ਨਾ ਉਹ ਬਰੀਕ ਬਰੀਕ ਇਸ ਸਿਲਾਈ ਦੇ ਬਿਲਕੁਲ ਨਾਲ ਨਾਲ ਲਗਾ ਲੈਣੀ ਜੀ, ਉਹ ਇਸ ਕਰਕੇ ਕਿ ਜਦੋਂ ਅਸੀਂ ਇੱਦਾਂ ਕਰਾਂਗੇ ਫੋਲਡ ਕਰਾਂਗੇ ਅਤੇ ਫਿਰ ਉਹ ਬੈਠੀ ਹੁੰਦੀ ਹੈ ਸਿਲਾਈ ਜਿਹੜੀ, ਤਾਂ ਫਿਰ ਤੁਹਾਨੂੰ ਜ਼ਿਆਦਾ ਐਫਰਟ ਨਹੀਂ ਕਰਨਾ ਪੈਂਦਾ ਉਹਨੂੰ ਵਿਚਲੇ ਪਾਸੇ ਨੂੰ ਮੋੜਨ ਵਾਸਤੇ, ਇਸ ਕਰਕੇ ਯੂ ਕੈਨ ਲੀਵ ਇਟ ਲਾਈਕ ਦਿਸ ਐਸ ਵੈਲ, ਬਟ ਯੂ ਕੈਨ ਜਸਟ ਜੀ ਡੂ ਵਨ ਮੋਰ ਟੂ ਜਸਟ ਮੇਕ ਇਟ ਈਜ਼ੀਅਰ ਜੀ। ਠੀਕ ਹੈ ਰੁਪਿੰਦਰ ਜੀ, ਆਪਾਂ ਜਿਹੜੀ ਆਹ ਸਿਲਾਈ ਲਗਾਈ ਹੁਣ, ਹੈ ਨਾ, ਜਿੱਥੇ ਜੋਇਨ ਕੀਤਾ ਸੀ ਟੁਗੇਦਰ, ਹਾਂਜੀ, ਤੇ ਉਹਨੂੰ ਫਿਰ ਫਲੈਟ ਕਰਕੇ ਫਿਰ ਅਸੀਂ ਜਿਹੜੀ ਸਿਲਾਈ ਉਹਦੇ ਨਾਲ ਇੱਕ ਸਿਲਾਈ ਹੋਰ ਲਗਾ ਲਈ, ਉਹ ਇਹ ਸਿਲਾਈ ਲਗਾਈ ਸੀ ਇਸੇ ਕਰਕੇ ਕਿ ਉਹ ਜਦੋਂ ਆਪਾਂ ਨੂੰ ਫੈਮੀ ਕਰਨੀ ਤਾਂ ਫੋਲਡ ਕਰਨਾ ਕਿ ਈਜ਼ੀਲੀ ਅੰਦਰ ਨੂੰ ਹੋ ਜਾਏਗਾ, ਹੈ ਨਾ, ਇਸ ਕਰਕੇ ਅਸੀਂ ਇਹ ਸਿਲਾਈ ਲਗਾਈ ਹੈ। ਠੀਕ ਹੈ ਜੀ, ਹੁਣ ਇਹ ਆਪਣੇ ਗਲੇ ਦੀ
टेप हो गई जिहड़ी आपां अंदरले पासे लगाई है हैमिंग वास्ते, ठीक है। ते हुण इस तों अगला स्टैप अपना हैगा प्लेट्स पाउण दा, प्लेट पाउणी, ठीक है जी। ਤੇ ਇਹਦੀ ਆਪਣੇ ਕੋਲ ਆਲਰੇਡੀ ਮਾਰਕਿੰਗ ਹੋਈ ਆ। Yes, we've been the marking in the beginning, plates ਦੇ ਲਈ। ਜੀ, ਤੇ ਉਹ ਮਾਰਕਿੰਗ ਆਪਣੇ ਕੋਲ ਹੈਗੀ ਹਜੇ। ਇੱਕ ਮਾਰਕਿੰਗ ਆ ਦੇ ਆਪਣੇ ਕੋਲ। ਹਾਂਜੀ। ਇੱਕ ਇੱਧਰ ਹੈ। ਇੱਕ ਇੱਧਰ ਹੈ। ਇੱਕ ਇੱਧਰ ਤੇ ਫਿਰ ਇੱਕ ਇੱਧਰ। ਹਾਂਜੀ। ਤੇ ਇੱਕ ਇੱਧਰ ਆਪਾਂ ਫਿਰ ਜਿੱਦਾਂ ਆਪਾਂ ਇਹਦੀ ਪਲੇਟਸ ਪਾਵਾਂਗੇ ਨਾ ਉਸ ਹਿਸਾਬ ਨਾਲ ਫਿਰ ਆਪਾਂ ਨਾਲ ਦੀ ਨਾਲ ਐਕਸਪਲੇਨ ਕਰਦੇ ਜਾਵਾਂਗੇ, ਠੀਕ ਹੈ ਜੀ। ਫਿਰ ਆਪਾਂ ਪਹਿਲਾਂ ਇਸ ਪਲੇਟ ਜਿਹੜਾ ਨੀਚੇ ਵਾਲਾ ਪਲੇਟ ਹੈ ਨਾ, ਆਪਾਂ ਉਹ ਤੋਂ ਸ਼ੁਰੂ ਕਰਦੇ ਹਾਂ ਜਿੱਥੇ ਮਾਰਕਿੰਗ ਕੀਤੀ ਇੱਕ ਉੱਪਰੋਂ ਇੱਥੋਂ ਅਤੇ ਇੱਥੋਂ ਤੱਕ ਅਸੀਂ ਉਹਨੂੰ ਪਕੜ ਲਿਆ, ਠੀਕ ਹੈ। ਇਹਦੇ ਵਿੱਚ ਇੱਕ ਚੀਜ਼ ਹੁੰਦੀ ਹੈ ਕਿ ਰੁਪਿੰਦਰ ਜੀ ਜਦੋਂ ਜਿਹੜਾ ਆਪਾਂ ਪਲੇਟਸ ਪਾਉਣਾ ਹੈ ਨਾ ਉਹ ਸਿੱਧੀ ਸਿਲਾਈ ਨਹੀਂ ਹੁੰਦੀ, ਉਹ ਅਸੀਂ ਬਿਲਕੁਲ ਜ਼ੀਰੋ ਪੁਆਇੰਟ ਤੋਂ ਸ਼ੁਰੂ ਕਰਨਾ ਹੁੰਦਾ ਆ। ਜ਼ੀਰੋ ਪੁਆਇੰਟ ਤੋਂ ਸ਼ੁਰੂ ਕਰਕੇ ਫਿਰ ਅਸੀਂ ਥੋੜ੍ਹਾ ਥੋੜ੍ਹਾ ਅੱਗੇ ਨੂੰ ਸਿਲਾਈ ਵਧਾਉਂਦੇ ਆਉਣਾ, ਥੋੜ੍ਹਾ ਥੋੜ੍ਹਾ ਵਧਾਉਂਦੇ ਉਦੋਂ ਤੱਕ ਆਉਣਾ ਹੈ ਜਦੋਂ ਤੱਕ ਅੱਧਾ ਇੰਚ ਦਾ ਗੈਪ ਨਾ ਹੋ ਜਾਵੇ, ਠੀਕ ਹੈ। ਅਸੀਂ ਕੋਰਨਰ ਤੋਂ ਅਸੀਂ ਸ਼ੁਰੂ ਕਰਨਾ, ਜਿੱਦਾਂ ਅਸੀਂ ਆਹ ਚੀਜ਼ ਹੈ ਨਾ ਉੱਪਰ ਕੜਿਆ ਨਾ, ਇੱਥੋਂ ਅਸੀਂ ਸਿਲਾਈ ਕਰਨੀ ਸ਼ੁਰੂ ਕਰਨੀ ਆ। ਸਿਲਾਈ ਕਰਦੇ ਕਰਦੇ ਫਿਰ ਤੁਸੀਂ ਇੱਧਰ ਨੂੰ ਆਉਣਾ, ਠੀਕ ਹੈ ਨਾ। ਇੱਥੇ ਤੱਕ ਹਾਫ ਇੰਚ ਇਨ ਦਾ ਮਿਡਲ ਜਿਹੜਾ ਹੁੰਦਾ ਆ ਉਹਦੇ ਵਿੱਚ ਹਾਫ ਇੰਚ ਹੋ ਜਾਣਾ ਚਾਹੀਦਾ, ਫਿਰ ਕੱਟਣਾ ਸ਼ੁਰੂ ਕਰ ਦੇਣਾ, ਠੀਕ ਹੈ ਜੀ। ਇਸ ਹਿਸਾਬ ਨਾਲ ਅਸੀਂ ਜਿਹੜੀ ਬੈਕ ਸਾਈਡ ਹੈ ਨਾ ਪਿਛਲੇ ਵਾਲਾ ਉਹਦਾ ਵੀ ਅਸੀਂ ਨਾਲ ਹੀ ਸ਼ੁਰੂ ਕਰ ਦੇਣਾ। ਇਹ ਜਿਹੜੇ ਚਾਰ ਹੀ ਪਲੇਟ ਹੁੰਦੇ ਨਾ ਅਗਲੇ ਅਤੇ ਪਿਛਲੇ, ਦੋ ਫਰੰਟ ਦੇ ਹੁੰਦੇ ਆ ਦੋ ਬੈਕ ਦੇ ਹੁੰਦੇ ਲੰਬੇ ਵਾਲੇ, ਪਹਿਲਾਂ ਇਹਨਾਂ ਨੂੰ ਆਪਾਂ ਕੰਪਲੀਟ ਕਰ ਲੈਣਾ ਹੁੰਦਾ, ਠੀਕ ਹੈ। ਇਹਨਾਂ ਨੂੰ ਕੰਪਲੀਟ ਕਰਕੇ ਫਿਰ ਆਪਾਂ ਜਿਹੜੇ ਫਰੰਟ ਦੇ ਸਾਈਡ ਵਾਲੇ ਆ ਫਿਰ ਆਪਾਂ ਉਹਨਾਂ ਨੂੰ ਪਾਉਣਾ ਸ਼ੁਰੂ ਕਰਾਂਗੇ, ਠੀਕ ਹੈ। ਜੀ ਹਾਂ, ਆਪਾਂ ਹੁਣ ਸਾਈਡ ਪਲੇਟ ਪਾਉਣਾ ਸ਼ੁਰੂ ਕਰਦੇ ਹਾਂ ਨਾ। ਇਹ ਸਾਈਡ ਪਲੇਟ ਜਿਹਦੇ ਆਪਾਂ ਅੱਗੇ ਵੀ ਦੱਸਿਆ ਕਿ ਆਪਾਂ ਇਹ ਜ਼ੀਰੋ ਪੁਆਇੰਟ ਤੋਂ ਨਹੀਂ ਸ਼ੁਰੂ ਕਰਨਾ, ਇਹ ਆਪਾਂ ਹਾਂਜੀ ਦੋ ਤਿੰਨ ਪੁਆਇੰਟ ਛੱਡ ਕੇ ਫਿਰ ਅਸੀਂ ਜ਼ੀਰੋ ਨੂੰ ਆਵਾਂਗੇ, ਠੀਕ ਹੈ। ਇਸੇ ਤਰੀਕੇ ਦੇ ਨਾਲ ਅਸੀਂ ਦੂਸਰੀ ਸਾਈਡ ਤੇ ਜਿਹੜਾ ਉੱਪਰ ਵਾਲਾ ਪਲੇਟ ਹੈ ਨਾ ਉਹ ਵੀ ਇਸੇ ਤਰੀਕੇ ਦੇ ਨਾਲ ਹੀ ਬਣਾ ਲੈਣਾ ਪਹਿਲਾਂ। ਉੱਪਰ ਤੋਂ ਕਰਨਾ ਕਿ ਥੱਲੇ ਤੋਂ? ਨਹੀਂ ਉੱਪਰੋਂ ਸ਼ੁਰੂ ਕਰਨਾ, ਜੀ ਹਾਂ। ਆਪਣੇ ਉੱਪਰ ਵਾਲੇ ਦੋਨੇ ਪਲੇਟ ਹੋ ਗਏ, ਹਾਂਜੀ। ਇੱਕ ਆਪਾਂ ਦੇਖ ਸਕਦੇ ਹਾਂ ਇੱਕ ਪਲੇਟ ਆਪਣਾ ਇੱਧਰ ਹੋ ਗਿਆ ਤੇ ਇੱਕ ਪਲੇਟ ਆਪਣਾ ਇੱਧਰ ਹੋ ਗਿਆ, ਠੀਕ ਹੈ। ਹੁਣ ਇਸ ਤੋਂ ਬਾਅਦ ਅਸੀਂ ਜਿਹੜੇ ਸਾਈਡ ਤੋਂ ਇੱਕ ਨੀਚੇ ਵੱਲੋਂ ਆਉਂਦੇ ਆ, ਹਾਂਜੀ, ਹੁਣ ਇਹਨਾਂ ਦੀ ਆਪਣੀ ਮਾਰਕਿੰਗ ਹੈਗੀ ਆ, ਆਪਾਂ ਇਹ ਵੀ ਪਹਿਲਾਂ ਬਣਾ ਲੈਂਦੇ ਹਾਂ, ਓਕੇ। ਜਿੱਦਾਂ ਅਸੀਂ ਹਾਂਜੀ ਜਿੱਦਾਂ ਅਸੀਂ ਉੱਪਰਲਾ ਇੱਕ ਛੋਟਾ ਪਲੇਟ ਬਣਾਇਆ ਨਾ, ਹਾਂਜੀ, ਉਹ ਸੇਮ ਪ੍ਰੋਸੈਸ ਇੱਧਰ ਹੈ, ਓਕੇ ਜੀ। ਜੀ, ਸੋ ਥਿਸ ਇਜ਼ ਦ ਫਰਸਟ ਵਨ ਜਿਹੜਾ ਅਸੀਂ ਪਹਿਲਾਂ ਕੀਤਾ ਸੀਗਾ, ਜੀ, ਐਂਡ ਦੈਨ ਟੌਪ ਵਨ ਸੈਕਿੰਡ ਐਂਡ ਦੈਨ ਦ ਬੌਟਮ ਵਨ ਥਰਡ ਵਨ, ਠੀਕ ਹੈ ਜੀ। ਇਹ ਹੋ ਗਿਆ ਹੈ ਨਾ। ਤੇ ਹੁਣ ਇਸ ਤੋਂ ਅੱਗੇ ਆਪਾਂ ਕੀ ਕਰਨਾ ਹੁੰਦਾ, ਆਪਾਂ ਫਿਟਿੰਗ ਆਪਾਂ ਨੂੰ ਚਾਹੀਦੀ ਹੁੰਦੀ ਆ। ਜਸਟ ਵਨ ਕੁਐਸਚਨ ਬਿਫੋਰ ਵੀ ਮੂਵ ਫੋਰਵਰਡ, ਜਿਹੜੇ ਪਿੱਛੇ ਆ ਉਹ ਸਿਰਫ ਦੋ ਇਹੀ ਪਲੇਟ ਪੈਣੇ ਆ ਨਾ ਜੀ, ਪਿੱਛੇ ਆ ਸਾਈਡ ਵਾਲੇ ਪਲੇਟਸ ਨਹੀਂ ਹੁੰਦੇ? ਨਹੀਂ, ਪਿਛਲੇ ਵਾਲੇ ਪਾਸੇ ਸਾਈਡ ਵਾਲੇ ਪਲੇਟ ਨਹੀਂ ਹੁੰਦੇ ਹੈਗੇ, ਕਿਉਂਕਿ ਆਪਣੀ ਲੇਡੀਜ਼ ਦੀ ਫਿਟਿੰਗ ਜਿਹੜੀ ਆ ਆਪਾਂ ਨੂੰ ਹੁੰਦੀ, ਜਿੱਦਾਂ ਕਹਿੰਦੇ ਹੁੰਦੇ ਕਿ ਲੇਡੀਜ਼ ਦੀ ਬਾਡੀ ਕੁਛ ਇਸ ਹਿਸਾਬ ਨਾਲ ਬਣੀ ਹੁੰਦੀ ਹੈ ਕਿ ਆਪਾਂ ਨੂੰ ਜਿਹੜੇ ਕਰਵ ਹੁੰਦੇ ਉਹਨਾਂ ਦੇ ਹਿਸਾਬ ਨਾਲ ਆਪਾਂ ਨੂੰ ਪਲੇਟਸ ਹਾਂਜੀ ਬਣਾਉਣੇ ਪੈਂਦੇ ਆ।
ਠੀਕ ਆ ਹਾਂਜੀ ਵਾਟਸ ਦਾ ਨੈਕਸਟ ਸਟੈਪ ਨਾਓ ਜੀ ਨੈਕਸਟ ਸਟੈਪ ਆਪਾਂ ਨੂੰ ਹੈਗਾ ਕਿ ਅਸੀਂ ਫਿਟਿੰਗ ਆਪਾਂ ਨੂੰ ਚਾਹੀਦੀ ਕਿ ਆਪਾਂ ਨੇ ਜਿਹੜੀ ਸਾਈਡ ਤੇ ਆਪਾਂ ਸਿਲਾਈ ਕਰਨੀ ਆ ਤੇ ਆਪਣੀ ਕਿੰਨੀ ਮੈਜ਼ਰਮੈਂਟ ਸੀਗੀ ਫਿਟਿੰਗ ਦੀ ਹੈ ਓਕੇ ਤੇ ਉਹਦੇ ਹਿਸਾਬ ਨਾਲ ਪਿਕ ਆਪਾਂ ਮਾਰਕਿੰਗ ਕਰਾਂਗੇ ਠੀਕ ਹੈ ਜੀ ਪਹਿਲਾਂ ਮਾਰਕਿੰਗ ਕੀਤੀ ਸੀ ਕਟਿੰਗ ਲਈ ਜੀ ਇਹ ਹੁਣ ਜਿਹੜੀ ਫਿਟਿੰਗ ਮਾਰਕਿੰਗ ਕਰਨੀ ਆ ਤਾਂ ਕਿ ਜਿਸੀ ਨੂੰ ਅੱਗੇ ਸੂਟ ਨੂੰ ਹੁਣ ਸਟਿਚ ਕਰ ਸਕੀਏ ਜੀ ਹਾਂ ਇਹਦੇ ਵਿੱਚ ਜਿਹੜੀ ਸੀਗੀ ਤੁਹਾਡੀ ਆਪਣੀ ਫਿਟਿੰਗ ਸੀਗੀ ਉਹ ਸੀਗੀ 17 ਐਂਡ ਹਾਫ ਹਾਂਜੀ ਤੇ 15 ਫਰੋਮ ਦ ਰਿਬਸ ਸੀ ਹੈ 17 ਐਂਡ ਹਾਫ ਠੀਕ ਹੈ ਇਹਨੂੰ ਮਾਰਕਿੰਗ ਜਿਹੜੀ ਕਰਨੀ ਹੈ ਇਹ ਦੋ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ ਠੀਕ ਹੈ ਜੀ ਈਜ਼ੀਐਸਟ ਵੇ ਜਿਹੜਾ ਉਹ ਮੈਂ ਦੱਸਦੀ ਉਹ ਹੁੰਦਾ ਆ ਕਿ ਪਹਿਲਾਂ ਮੈਂ ਦੂਸਰਾ ਵੇ ਦੱਸ ਦਿੰਦੀ ਫਿਰ ਆਪਾਂ ਜਿਹੜਾ ਆਪਾਂ ਯੂਜ਼ ਕਰਦੇ ਹਾਂ ਨੋਰਮਲੀ ਫਿਰ ਮੈਂ ਉਹ ਦੱਸਦੀ ਹਾਂ ਹਾਂਜੀ ਜਿਹੜਾ ਇੱਕ ਤਰੀਕਾ ਹੁੰਦਾ ਹੈ ਕਿ ਤੁਸੀਂ ਇਹ ਜਿੱਥੇ ਫਰੰਟ ਸੀਗਾ ਗਲੇ ਦਾ ਨਾ ਉਹਦੇ ਵਿੱਚ ਜਿੱਥੇ ਹਾਫ ਸੀਗਾ ਹੈ ਨਾ ਉੱਥੋਂ ਤੁਸੀਂ ਹਾਫ ਆਪਣੇ ਹਾਫ ਇੱਕ ਸਾਈਡ ਨੂੰ ਮਿਲਣੀ ਆ ਤੁਹਾਡੀ ਫਿਟਿੰਗ 17 ਐਂਡ ਹਾਫ ਹੈ ਨਾ 17 ਐਂਡ ਹਾਫ ਇੱਥੇ ਆ ਕੇ ਹੋਣਾ 8 ਟੂ 16 ਐਂਡ 17 ਐਂਡ ਹਾਫ ਇਨ ਹੀ ਆਈ ਹੈ ਹਾਂਜੀ ਅੱਛਾ ਇਹਦੀ ਇੱਕ ਇਹ ਇੱਧਰ ਹੋ ਗਿਆ 17 ਐਂਡ ਹਾਫ ਇੱਥੋਂ ਹੀ ਹਾਫ 17 ਐਂਡ ਹਾਫ ਤੁਸੀਂ ਇੱਧਰ ਨੂੰ ਵੀ ਰੱਖ ਸਕਦੇ ਆ ਠੀਕ ਹੈ ਇੱਦਾਂ ਹਨਾ ਪਰ ਜਿਹੜੀ ਮੈਂ ਯੂਜ਼ਲੀ ਤਰੀਕਾ ਯੂਜ਼ ਕਰਦੀ ਹੁੰਦੀ ਆ ਉਹ ਮੈਂ ਈਜ਼ੀ ਤਰੀਕਾ ਇਹ ਕਰਦੀ ਹੁੰਦੀ ਆ ਕਿ ਮੈਂ ਦੋਨੇ ਸਾਈਡਾਂ ਜਿਹੜੀਆਂ ਨਾ ਉਹਨਾਂ ਨੂੰ ਇੱਦਾਂ ਫੋਲਡ ਕਰ ਲੈਣਾ ਹਾਂਜੀ ਠੀਕ ਹੈ ਮੋਢੇ ਦੇ ਜਿਹੜੀਆਂ ਸਿਲਾਈ ਆ ਉਹ ਮੋਢਿਆਂ ਦੀ ਸਿਲਾਈ ਫੜ ਲੈਣੀ ਆ ਜਿਹੜੇ ਆ ਚਾਰ ਹੀ ਪੀਸ ਇਕੱਠੇ ਕਰਕੇ ਇਹਨਾਂ ਨੂੰ ਵੀ ਇੱਦਾਂ ਪਕੜ ਲੈਣਾ ਹਾਂਜੀ ਠੀਕ ਹੈ ਇੱਦਾਂ ਪਕੜ ਕੇ ਫਿਰ ਅਸੀਂ ਇਹਨੂੰ ਇੱਦਾਂ ਰੱਖ ਲੈਣਾ ਠੀਕ ਹੈ ਇਹਨੂੰ ਇਕੁਅਲ ਕਰ ਲੈਣਾ ਸਾਰੇ ਨੂੰ ਠੀਕ ਹੈ ਫਿਰ ਅਸੀਂ ਕੀ ਕਰਨਾ ਆ ਫਿਰ ਵੀ ਇੱਥੇ ਹਾਫ ਹੀ ਆਉਣਾ ਵਿਚਕਾਰ ਹੈ ਨਾ ਵਿਚਕਾਰ ਹਾਫ ਆਉਣਾ ਇੱਥੋਂ ਫਿਰ ਤੁਸੀਂ ਹਾਫ ਦੀ ਇੱਧਰ ਨੂੰ ਕਰ ਲੈਣੀ ਆ ਇੱਥੇ ਆ ਗਿਆ ਨਾ ਸੇਮ ਪਹਿਲਾਂ ਵੀ ਇੱਥੇ ਮਾਰਕਿੰਗ ਕੀਤੀ ਨਾ ਇਹ ਹੋ ਗਿਆ ਫਿਰ ਜਿਹੜੀ ਤੁਸੀਂ ਰਿਬਸ ਦੀ ਹੁੰਦੀ ਹੈ ਇੱਕ ਫਿਟਿੰਗ ਹੁੰਦੀ ਹੈ ਇੱਥੋਂ ਆਪਣੇ ਹੈ ਨਾ ਉਹ ਰਿਬਸ ਦੀ ਫਿਟਿੰਗ ਤੁਹਾਡੀ 30 ਆ ਇਟ ਮੀਨਸ 50 ਹਾਫ ਜਿੱਦਾਂ 15 ਇੰਚਸ ਹੈ ਨਾ ਤੇ ਉਹ ਤੁਸੀਂ 15 ਇੱਥੋਂ ਹਾਫ ਤੋਂ ਲੈ ਲੈਣੀ ਆ ਜਿੱਥੇ ਪਲੇਟਸ ਦਾ ਮਿਡਲ ਹੁੰਦਾ ਹੈ ਹਾਂਜੀ ਉੱਥੋਂ ਤੁਸੀਂ ਇੱਕ ਫਿਟਿੰਗ ਦੀ ਮਾਰਕ ਕਰ ਲੈਣਾ ਠੀਕ ਹੈ 15 17 ਐਂਡ ਹਾਫ 15 ਇੱਥੇ ਆ ਗਿਆ ਨਾ ਇਹਦਾ ਦੂਸਰੀ ਸਾਈਡ 'ਤੇ ਫਿਰ ਤੁਸੀਂ ਪਿੰਨ ਲਗਾ ਕੇ ਚਾਹੇ ਜਿਵੇਂ ਤੁਹਾਡਾ ਆਈਡੀਆ ਹੋਵੇ ਤੁਸੀਂ ਦੂਸਰੇ ਪਾਸੇ ਮਾਰਕਿੰਗ ਕਰ ਲੈਣੀ ਠੀਕ ਹੈ ਫਿਰ ਤੁਸੀਂ ਇਹਨੂੰ ਮੇਕ ਸ਼ੋਰ ਕਰਨਾ ਚਾਹੀਦਾ ਹੈ ਕਿ ਸਹੀ ਆ ਨਿਸ਼ਾਨ ਉਹਨੂੰ ਮੇਕ ਸ਼ੋਰ ਕਰਨ ਵਾਸਤੇ ਫਿਰ ਤੁਸੀਂ ਇਹਨੂੰ ਸਿੱਧਾ ਰੱਖ ਲਓ ਇੱਕ ਆਪਣੇ ਕੋਲ ਤੁਹਾਡੀ ਆਈਡੀ ਮਾਰਕਿੰਗ ਹੈਗੀ ਆ ਫਿਰ ਆਪਾਂ ਆਹ 15-30 ਚਾਹੀਦੀ ਆਪਾਂ ਨੂੰ ਹੋਲ ਟੂਗੈਦਰ ਹੀ ਆ 30-30 ਆ ਠੀਕ ਹੈ ਠੀਕ ਹੈ ਠੀਕ ਹੈ ਜੀ ਤੇ ਆਪਣੇ ਕੋਈ ਕਮ ਜਿਹੜੀ ਕਹਿ ਰਹੇ ਆ ਇਟਸ ਆਲ ਦ ਵੇ ਸੋ ਹਾਫ ਜਿਹੜਾ ਉਹਦਾ 15 ਆ ਰਿਹਾ ਹੈ ਪਰ ਜਦੋਂ ਅਸੀਂ ਇਹਨੂੰ ਇੱਕ ਵਾਰੀ ਫਿਰ ਡਬਲ ਕੀਤਾ ਤੇ ਉਹਦਾ ਵੀ 7 ਆ ਰਿਹਾ ਹੋ ਗਿਆ ਸੀ ਹਾਂ ਰਾਈਟ ਠੀਕ ਹੈ ਤੇ ਹੁਣ ਤੁਹਾਡੇ ਕੋਲ ਇੱਕ ਮਾਰਕਿੰਗ ਉੱਪਰ ਲਿਆ ਗਈ ਸੀਗੀ ਇੱਥੋਂ ਜਿਹੜੀ ਆਪਾਂ ਛਾਤੀ ਦੀ ਇਹਨੂੰ ਕਹਿ ਦਿੰਦੇ ਹਾਂ ਹਨਾ ਫਿਰ ਦੂਸਰੀ ਰਿਬਸ ਵਾਲੇ ਵੀ ਹੋ ਗਈ ਹਨਾ ਤੇ ਤੀਸਰੀ ਮਾਰਕਿੰਗ ਆਪਾਂ ਨੂੰ ਚਾਹੀਦੀ ਹੁੰਦੀ ਹੈ ਜਿਹੜਾ ਤੁਹਾਡੇ ਕੋਲ ਚੌੜਾਈ ਘੇਰਾ ਤੁਹਾਨੂੰ ਕਿੰਨਾ ਚਾਹੀਦਾ ਹਾਂਜੀ ਆਈ ਥਿੰਕ ਉਹ ਸੀ ਕਿ ਮਾਰਕਿੰਗ ਹਾਂਜੀ ਉਹ ਆਪਾਂ ਆਲਰੇਡੀ ਮਾਰਕਿੰਗ ਕੀਤੀ ਹੋਈ ਹੈ ਇਹਨੂੰ ਵੀ ਤੁਸੀਂ ਮੇਕ ਸ਼ੋਰ ਕਰਨ ਵਾਸਤੇ ਤੁਸੀਂ ਇੱਕ ਵਾਰੀ ਮੇਜਰ ਕਰ ਸਕਦੇ ਹੋ 20 ਠੀਕ ਹੈ ਤੇ ਇਹਨੂੰ ਤੁਸੀਂ 19 ਐਂਡ ਹਾਫ ਥੋੜ੍ਹਾ ਜਿਹਾ ਵਿੱਚ ਰੱਖ ਕੇ ਚੱਲੋ ਕਿਉਂਕਿ ਤੁਹਾਡੀ 19 ਐਂਡ ਹਾਫ ਤੋਂ ਥੋੜ੍ਹਾ ਜ਼ਿਆਦਾ ਸੀਗੀ ਇਸ ਕਰਕੇ ਤੁਸੀਂ ਇਹਨੂੰ ਥੋੜ੍ਹਾ ਜਿਹਾ ਅੰਦਰ ਕਰਕੇ ਫਿਰ ਨਿਸ਼ਾਨ ਲਗਾ ਲਓ ਓਕੇ ਠੀਕ ਹੈ ਤੇ ਹੁਣ ਅਸੀਂ ਕੀ ਕਰਨਾ ਇਹਦੀ ਸਿਲਾਈ ਕਰਾਂਗੇ ਅਤੇ ਸਿਲਾਈ ਅਸੀਂ ਕਿੱਥੋਂ ਕਰਨੀ ਸ਼ੁਰੂ ਕਰਨੀ ਆ ਅਸੀਂ ਉੱਪਰਲੇ ਪਾਸੇ ਸ਼ੁਰੂ ਕਰਨੀ ਆ ਠੀਕ ਹੈ ਕਿਉਂਕਿ ਜਿਹੜੀ ਫਰੰਟ ਸਾਈਡ ਹੁੰਦੀ ਨਾ ਇਹਦੇ ਉੱਤੇ ਅਸੀਂ ਇੱਕ ਪਲੇਟ ਇੱਧਰ ਪਾਇਆ ਇੱਕ ਪਲੇਟ ਇੱਧਰ ਪਾਇਆ ਇਹ ਕੱਪੜੇ ਨੇ ਥੋੜ੍ਹਾ ਜਿਹਾ ਵਿੱਚ ਨੂੰ ਮਤਲਬ ਸ਼ਰਿੰਕ ਜਿਹਾ ਹੋਣਾ ਹੈ ਨਾ ਇਹ ਨੋਵਲ ਹੁੰਦਾ ਤੁਹਾਨੂੰ ਖਿੱਚਣ ਦੀ ਇੱਦਾਂ ਲੋੜ ਨਹੀਂ ਕਿ ਇਹਨੂੰ ਇੱਦਾਂ ਖਿੱਚ ਕੇ ਲਾਈ ਜਾਵੇ ਸੀ ਇੱਦਾਂ ਨਹੀਂ ਹੁੰਦਾ ਤੁਸੀਂ ਆਰਾਮ ਦੇ ਨਾਲ ਕੱਪੜੇ ਨੂੰ ਦੇਖਣਾ ਕਿ ਇਸ ਤਰੀਕੇ ਦੇ ਨਾਲ ਕੱਪੜਾ ਪਿਆ ਇੱਧਰੋਂ ਥੋੜ੍ਹਾ ਜਿਹਾ ਗੈਪ ਆ ਰਿਹਾ ਡਜ਼ਨਟ ਮੈਟਰ ਇੱਥੋਂ ਵੀ ਆਊਗਾ ਇੱਧਰ ਪਿਛਲਾ ਪਾਸਾ ਵੱਡਾ ਅਗਲਾ ਆਊਗਾ ਡਜ਼ਨਟ ਮੈਟਰ ਹੈ ਨਾ ਤੁਸੀਂ ਇੱਥੋਂ ਸਿਲਾਈ ਕਰਨੀ ਸ਼ੁਰੂ ਕਰ ਦੇਣੀ ਆ ਸੋ ਹੁਣ ਅਸੀਂ ਸਿਲਾਈ ਕਰ ਰਹੇ ਹਾਂ ਜਿੱਦਾਂ ਇਹਦਾ ਪੈਟਰਨ ਸੀਗਾ ਨਾ ਸ਼ਰਟ ਦਾ ਜੀ ਇਹੋ ਸਾਨੂੰ ਇਹ ਵੀ ਧਿਆਨ 'ਚ ਰੱਖਣਾ ਕਿ ਉਹ ਪੈਟਰਨ ਵੀ ਨਾਲ ਇੱਕੋ ਜਿਹਾ ਹੋਵੇ ਜਾਂ ਵੱਧ ਘੱਟ ਹੋ ਸਕਦਾ ਉਹ ਵੱਧ ਘੱਟ ਹੋ ਸਕਦਾ ਕਈ ਵਾਰੀ
ਜ਼ਰੂਰੀ ਨਹੀਂ ਹੁੰਦਾ ਕਿ ਪੈਟਰਨ ਉੱਥੇ ਹੋਵੇ, ਕਿਉਂਕਿ ਸਾਡੇ ਜਿਹੜਾ ਫਰੰਟ ਦੀ ਸ਼ੇਪ ਡਿਫਰੈਂਟ ਹੁੰਦੀ ਆ, ਬੈਕ ਦੀ ਸ਼ੇਪ ਡਿਫਰੈਂਟ ਹੁੰਦੀ ਆ। ਹਾਂਜੀ ਜੀ, ਪਰ ਕਈ ਵਾਰੀ ਇਦਾਂ ਹੋ ਜਾਂਦਾ ਰਪਿੰਦਰ ਜੀ, ਕਈ ਵਾਰੀ ਕਈਆਂ ਸੂਟਾਂ ਦੇ ਉੱਤੇ ਪਿਛਲੇ ਪਾਸੇ ਵੀ ਡਿਜ਼ਾਈਨ ਦੀ ਲੇਸ ਵਗੈਰਾ ਲੱਗੀ ਹੁੰਦੀ ਆ, ਜਦੋਂ ਉਹ ਲੇਸ ਵਗੈਰਾ ਲੱਗੀ ਹੁੰਦੀ ਫਿਰ ਤੁਹਾਨੂੰ ਬਹੁਤ ਕੌਨਸ਼ੀਅਸ ਹੋ ਕੇ ਸੂਟ ਦੀ ਕਟਿੰਗ ਐਂਡ ਸਿਲਾਈ ਜਿਹੜੀ ਵੀ ਕਰਨੀ ਆ ਤੁਸੀਂ, ਉਹ ਬਹੁਤ ਕੌਨਸ਼ੀਅਸਲੀ ਕਰਨੀ ਪੈਂਦੀ ਆ, ਕਿਉਂਕਿ ਉਹ ਫਿਰ ਦੋਨੇ ਇੱਕੋ ਜਿਹੇ ਰੱਖਣੇ ਪੈਂਦੇ ਆ ਤੁਹਾਨੂੰ। ਫਿਰ ਤੁਹਾਨੂੰ ਕਈ ਵਾਰੀ ਕੀ ਹੁੰਦਾ ਕਿ ਤੁਸੀਂ ਕਟਾਈ ਤਾਂ ਤੁਸੀਂ ਆਲਰੇਡੀ ਕਰਦੇ ਹੀ ਆ, ਫਿਰ ਜਦੋਂ ਤੁਸੀਂ ਸਿਲਾਈ ਕਰਨੀ ਆ ਨਾ, ਫਿਰ ਤੁਹਾਨੂੰ ਕਈ ਵਾਰੀ ਇੱਧਰੋਂ ਵੀ ਮੇਜਰ ਕਰਨਾ ਪੈਂਦਾ, ਇੱਧਰਲੇ ਪਾਸਿਓਂ ਇੱਧਰੋਂ ਵੀ ਮੇਜਰ ਕਰ ਲੈਣਾ ਪੈਂਦਾ ਵੀ ਇੱਥੋਂ ਤੁਹਾਡੇ ਇੱਕੋ ਜਿਹੇ ਆ ਰਹੇ ਆ, ਹਨਾ। ਜੇ ਥੋੜਾ ਜਿਹਾ 19 ਦਾ ਫਰਕ ਹੁੰਦਾ ਤੁਸੀਂ ਅਪ ਡਾਊਨ ਕਰ ਸਕਦੇ, ਇਹ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਹੁੰਦੀ ਕਿ ਤੁਸੀਂ ਵੀ ਜਾ ਕਰੋਗੇ ਤੇ ਖਰਾਬ ਹੋ ਸਕਦਾ, ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਹੈਗੀ ਨਾ। ਠੀਕ ਹੈ, ਤੇ ਹੁਣ ਅਸੀਂ ਉੱਪਰੋਂ ਸਿਲਾਈ ਕਰਨੀ ਸ਼ੁਰੂ ਕਰ ਦਿੰਦੇ ਹਾਂ ਨਾ। ਨਿਸ਼ਾਨ ਤੱਕ ਆ ਗਏ ਅਸੀਂ, ਉੱਪਰ ਤੋਂ ਲੈ ਕੇ ਰਿਪਸ ਵਾਲੇ ਨਿਸ਼ਾਨ ਤੱਕ ਆ ਗਏ। ਫਿਰ ਇਸ ਤੋਂ ਅੱਗੇ ਜਿਹੜਾ ਆਪਾਂ ਇੱਕ ਹੋਰ ਮਾਰਕਿੰਗ ਕੀਤੀ ਹੈ ਨਾ, ਉਹ ਤੋਂ ਸਿੱਧੀ ਸਿਲਾਈ ਤੁਸੀਂ ਇਸ ਮਾਰਕਿੰਗ ਤੱਕ ਲੈ ਕੇ ਆਣੀ ਹੈ। ਇਹਨੂੰ ਪੱਕਾ ਕਰ ਲੈਣਾ ਚਾਹੀਦਾ ਥੋੜ੍ਹਾ ਜਿਹਾ, ਕਿਉਂਕਿ ਫਿਰ ਕਈ ਵਾਰੀ ਸਿਲਾਈ ਉਤਰਨ ਦਾ ਹੁੰਦਾ ਆ ਕਿ ਉਤਰ ਸਕਦੀ ਨਹੀਂ, ਇਸ ਕਰਕੇ ਇਹਨੂੰ ਥੋੜ੍ਹਾ ਜਿਹਾ ਪੱਕਾ ਕਰ ਲਓ ਅੱਛੇ ਕਰਕੇ। ਸੇਮ ਹੀ ਸਿਲਾਈ ਅਸੀਂ ਫਿਰ ਦੂਸਰੇ ਪਾਸੇ ਵੀ ਕਰਨੀ ਹੈ। ਹਾਂਜੀ, ਤੇ ਹੁਣ ਸਾਡਾ ਇਹ ਰੈਡੀ ਹੋ ਗਿਆ ਜੀ। ਇਹ ਨਾ ਕੰਪਲੀਟਲੀ ਰੈਡੀ ਯੈਟ, ਕੰਪਲੀਟਲੀ ਹੈ ਨਾ, ਪਰ ਜਿਹੜੀ ਫਿਟਿੰਗ ਦੀ ਜੋ ਸਿਲਾਈ ਆ ਉਹ ਜੀ ਹੋ ਚੁੱਕੀ ਹੈ ਨਾ ਜੀ। ਹਾਂਜੀ, ਤੇ ਜੇ ਤੁਸੀਂ ਰਵਿੰਦਰ ਜੀ ਆਪ ਆਪਣੇ ਲਈ ਬਣਾਉਂਦੇ ਹੁੰਦੇ ਫਿਰ ਤੁਸੀਂ ਇੰਨਾ ਰਫ ਜਿਹੜੀ ਸਿਲਾਈ ਹੋਈ ਸੀ ਤੁਸੀਂ ਪਾ ਕੇ ਟਰਾਈ ਕਰ ਲੈਣਾ ਸੀ, ਹੈ ਨਾ। ਜੀ, ਤੁਸੀਂ ਬਾਹਾਂ ਦਾ ਦੱਸ ਰਹੇ ਸੀ ਕਿ ਹੁਣ ਅਸੀਂ ਬਾਹਾਂ ਲਗਾਉਣੀਆਂ ਨਾ ਜੀ। ਇਹ ਬਾਹਾਂ ਦਾ ਆਪਾਂ ਆਲਰੇਡੀ ਕੱਟੀਆਂ ਹੋਈਆਂ ਸੀਗੀਆਂ, ਠੀਕ ਹੈ ਜੀ। ਇਹ ਇਹਨੂੰ ਅਸੀਂ ਕੀ ਕਰਨਾ ਕਿ ਹੈਮਿੰਗ ਲਈ ਪਹਿਲਾਂ ਆਪਾਂ ਇਹਨੂੰ ਤਿਆਰ ਕਰਨਾ। ਜੇ ਅਸੀਂ ਪਹਿਲਾਂ ਬਾਹਾਂ ਜੋੜ ਲਵਾਂਗੇ ਤਾਂ ਫਿਰ ਤੁਹਾਡਾ ਆਪਣੇ ਲਈ ਬਹੁਤ ਮੁਸ਼ਕਲ ਹੋ ਜਾਊਗਾ ਕਿ ਉਹਨੂੰ ਫਰੰਟ ਤੋਂ ਅਸੀਂ ਕਿੱਦਾਂ ਕਰਨਾ, ਹੈ ਨਾ। ਇਸ ਕਰਕੇ ਆਪਾਂ ਇਹਨੂੰ ਪਹਿਲਾਂ ਹੈਮਿੰਗ ਲਈ ਰੈਡੀ ਕਰਾਂਗੇ। ਹੈਮਿੰਗ ਕਰਨ ਵਾਸਤੇ ਅਸੀਂ ਕੀ ਕਰਨਾ, ਇਹਨੂੰ ਪਹਿਲਾਂ ਇੱਕ ਵਾਰੀ 2-3 ਪੁਆਇੰਟ ਫੋਲਡ ਕਰਨਾ, ਫਿਰ ਇਹਨੂੰ ਜਿੰਨੀ ਤੁਸੀਂ ਹੈਮਿੰਗ ਲਈ ਚੌੜੀ ਰੱਖਣੀ ਆ ਨੋਰਮਲ ਇਹ ਇੰਨਾ ਕੁ 1.5 ਇੰਚ ਤੋਂ ਘੱਟ ਹੁੰਦਾ ਹੈ। ਫਿਰ ਅਸੀਂ ਇਹਦੀ ਰਫ ਸਿਲਾਈ ਕਰ ਲਵਾਂਗੇ, ਠੀਕ ਹੈ ਜੀ। ਰਫ ਸਿਲਾਈ ਕਰਕੇ ਫਿਰ ਆਪਾਂ ਦੂਸਰੀ ਜਿਹੜੀ ਬਾਂਹ ਹੋਊਗੀ ਨਾ ਉਹਦੀ ਵੀ ਇਸੇ ਤਰੀਕੇ ਦੇ ਨਾਲ ਹੀ ਰਫ ਸਿਲਾਈ ਕਰ ਲਵਾਂਗੇ ਪਹਿਲਾਂ। ਠੀਕ ਹੈ ਜੀ, ਇਹ ਹੋ ਗਈ ਆਪਣੀ ਸਿਲਾਈ। ਹੈਮਿੰਗ ਵਾਸਤੇ ਆਪਾਂ ਸਿਰਫ ਇਹਨੂੰ ਤਿਆਰ ਕੀਤਾ ਆ ਕਿ ਬਾਅਦ ਵਿੱਚ ਅਸੀਂ ਇਹਨੂੰ ਜਦੋਂ ਬਾਂਹ ਕਰ ਲਵਾਂਗੇ ਜੋੜ ਲਵਾਂਗੇ ਨਾ, ਹੈਮਿੰਗ ਬਾਅਦ ਵਿੱਚ ਵੀ ਕੀਤੀ ਜਾ ਸਕਦੀ ਹੈ ਨਾ। ਇਹ ਹੈਮਿੰਗ ਵਾਸਤੇ ਆਪਾਂ ਤਿਆਰ ਕਰ ਲਿਆ ਹੈ ਨਾ। ਫਿਰ ਅਸੀਂ ਇਹਨੂੰ ਕੀ ਕਰਨਾ ਕਿ ਬਾਂਹ ਨੂੰ ਇਨਸਾਈਡ ਆਊਟ ਕਰਕੇ ਇੱਧਰ ਰੱਖ ਲੈਣਾ, ਅਤੇ ਦੂਸਰੀ ਨੂੰ ਵੀ ਰੱਖ ਲੈਣਾ ਹੈ ਨਾ। ਫਿਰ ਅਸੀਂ ਇਹਦੀ ਇੱਕ ਮਾਰਕਿੰਗ ਕਰਨੀ ਆ ਕਿ ਤੁਹਾਡੀ ਜਿਹੜੀ ਆ ਫਿਟਿੰਗ ਕਿੰਨੀ ਸੀਗੀ, ਹੈ ਨਾ। ਬਾਂਹ ਦੀ ਫਿਟਿੰਗ ਜਿਹੜੀ ਸੀਗੀ, ਫਿਟਿੰਗ ਤੁਹਾਡੀ ਸੀਗੀ ਆਪਣੀ 6 ਇੰਚੀਸ, 6 46 ਸੀਗੀ ਫਰੰਟ ਤੋਂ, ਅਤੇ ਆਪਾਂ 6 ਦਾ ਇੱਕ ਮਾਰਕ ਲਗਾ ਲੈਣਾ, ਠੀਕ ਹੈ ਜੀ, ਇੱਥੇ ਤੱਕ। ਠੀਕ ਹੈ, ਇੱਕ ਇੱਧਰ ਮਾਰਕ, ਜਿਹੜੀ ਦੂਸਰੀ ਬਾਂਹ ਸੇਮ ਮਾਰਕ ਉੱਤੇ ਵੀ ਲਗਾ ਲੈਣਾ, ਠੀਕ ਹੈ, ਤਾਂ ਕਿ ਸਾਨੂੰ ਈਜ਼ੀ ਰਹੂਗਾ ਜਦੋਂ ਅਸੀਂ ਸਿਲਾਈ ਕਰਨੀ ਆ, ਹੈ ਨਾ। ਅਤੇ ਫਿਰ ਅਸੀਂ ਇਸ ਤੋਂ ਅੱਗੇ ਅਸੀਂ ਬਾਂਹ ਜੋੜਨੀ ਆ, ਹੈ ਨਾ, ਬਾਂਹ ਜੋੜਨੀ ਆ। ਪਰ ਬਾਂਹ ਜੋੜਨ ਤੋਂ ਪਹਿਲਾਂ ਅਸੀਂ ਜਿਹੜੀ ਆਪਣੇ ਮੋਢੇ ਸੀਗੇ ਉਹਦੀ ਪ੍ਰੋਪਰ ਫਿਨਿਸ਼ਿੰਗ ਕਰ ਲੈਣੀ ਆ। ਗਲੇ 'ਤੇ ਮੋਢੇ ਤੋਂ ਲਾਉਣਾ ਅਸੀਂ ਸ਼ੁਰੂ ਕਰ ਦੇਣਾ, ਠੀਕ ਹੈ ਜੀ, ਮੋਢੇ ਤੋਂ ਹਾਫ ਇੰਚ 'ਤੇ ਜਾਂ ਜਿੱਥੇ ਤੱਕ ਸਿਲਾਈ ਆ ਤੁਹਾਡੀ ਉੱਥੇ ਤੱਕ ਤੁਸੀਂ ਕੱਟ ਲਗਾ ਲੈਣੀ। ਆਪਣੀ ਤੁਹਾਡੀ ਜਿਹੜੀ ਸਿਲਾਈ ਉਹ ਨਾ ਕੱਟ ਹੋਵੇ,
इतना याद रखना ऐसी कोर्नर तो असं शुरू करना जिदा अस आ चीज़ है ना उपर अपना कड़िया ना इतों असं सिलाई करनी शुरू करनी है। सिलाई करते करते फिर तुम इधर न आना ठीक है ना इतने तक हाफ इंच इन द मिडल जो होंगे वो हाफ इंच हो जाना चाहिए था। हाफ हो जाए फिर कटना शुरू कर देना कि आप जीरो पॉइंट तो नहीं शुरू करना ये आप हाँ जी दो तीन पॉइंट छड़ के फिर असं जीरो आवेंगे जिते प्लेट्स का मिडल होंगे उतो तुम एक फिटिंग की मार्क कर लेना ठीक है 15 17 एंड हाफ 15 है।